ਇਹ ਤਕਰੀਬਨ ਤੁਸੀਂ ਮੋਟਾ ਮੋਟਾ ਮੰਨ ਕੇ ਚੱਲੋ ਵੀ 200 ਸਾਲ ਪੁਰਾਣੀ ਚੀਜ਼ ਹੈ। ਟ੍ਰਾਈਐਂਗਲ ਦਿਲ ਦੇ ਸ਼ੇਪ ਦਾ ਜਿਹੜਾ ਤੋਪੇ ਤੋੜ ਜਿਹਦਾ ਤੁਸੀਂ ਨਾਮ ਦਿੱਤਾ ਹੈ ਫਲ, ਇਹ ਕੀ ਹੈਗਾ ਇਹਨੂੰ? ਆਹ ਦੇਖੋ ਜੀ, ਮੈਂ ਤੁਹਾਡੇ ਸਾਹਮਣੇ ਬਣਾ ਲੈਂਦਾ ਜੀ ਨੁਸਖਾ, ਤੋਪੇ ਤੋੜ ਫਾਰਮੂਲਾ। ਚਿਮਚਾ ਭਰਨਾ ਜੀ, ਅਤੇ ਆਹ ਦੁੱਧ ਦੇ ਵਿੱਚ ਪਾ ਦਿੱਤਾ। ਦੁੱਧ ਤੁਹਾਨੂੰ ਤੁਹਾਡੇ ਸਾਹਮਣੇ ਗਲਾਸ ਦੇ ਵਿੱਚੋਂ ਕੱਢਿਆ, ਜਿੱਦਾਂ ਕੜੇਗਾ ਅਤੇ ਫਿਰ ਚੰਗੀ ਤਰ੍ਹਾਂ ਜਿਹੜਾ ਉਹਦਾ ਅਸਰ ਹੈ ਪ੍ਰੋਪਰ ਜੋ ਆਪਾਂ ਇਹ ਤੋਂ ਫਾਇਦਾ ਲੈਣਾ ਚਾਹੁੰਦੇ ਹਾਂ ਉਹ ਪ੍ਰੋਪਰਲੀ ਆਪਾਂ ਨੂੰ ਫਾਇਦਾ ਉਹਲਾ ਮਿਲੇਗਾ ਜੀ। ਉਹ ਫਾਲੇ ਜਿੰਨੇ ਅੰਦਰ ਲੱਗੇ ਹੋਏ ਤੋਪੇ, ਜਿਹੜੇ ਲੋਕ ਲੱਗੇ ਨੇ, ਜਿਹੜੇ ਕਿ ਬਿਮਾਰੀ ਨੂੰ ਬਾਹਰ ਨਹੀਂ ਨਿਕਲਣ ਦਿੰਦੇ, ਇਹ ਤੋਪੇ ਸਾਰੇ ਤੋੜ ਦੇਣੇ ਨੇ। ਪਾਣੀ ਵਾਲੇ ਸਾਰੇ ਗੁਣ ਜਿਹੜੇ ਨੇ ਉਹ ਇਹਦੇ ਵਿੱਚ ਆਲਰੇਡੀ ਮਿਲਦੇ ਨੇ, ਇਸ ਤੋਂ ਇਲਾਵਾ ਹੋਰ ਕਿਹੜੀ ਚੀਜ਼ ਹੁੰਦੀ ਹੈ? ਇਹ ਦੁਨੀਆਂ ਦੇ ਵਿੱਚ ਇੱਕੋ ਹੀ ਇੱਦਾਂ ਦਾ ਫਲ ਹੈ ਵੀ ਜਿਹੜਾ ਪਾਣੀ ਦੇ ਵਿੱਚ ਗਲਦਾ ਨਹੀਂ, ਬਲਕਿ ਪਾਣੀ ਦੇ ਵਿੱਚ ਹੀ ਪੈਦਾ ਹੁੰਦਾ ਅਤੇ ਪਾਣੀ ਦੇ ਵਿੱਚ ਹੀ ਰਹਿੰਦਾ। ਇਹ ਜਿਹੜੇ 80-80 ਸਾਲ ਦੇ ਬਾਬਿਆਂ ਦੇ ਉੱਤੇ ਬੜਾ ਕਾਰਗਰ ਨੁਸਖਾ ਹੈਗਾ, ਅਤੇ ਜਿਹੜੇ 25-25 ਸਾਲ ਦੇ ਬਜ਼ੁਰਗ ਨੇ ਉਹਨਾਂ ਨੂੰ ਵੀ ਇਹ ਬੜਾ ਬੈਨੀਫਿਟਡ, ਜਿਹੜਾ ਬੈਨੀਫਿਟ ਇਹਦਾ 83 ਸਾਲ ਦੇ ਹੈਗੇ ਨੇ ਜੀ। 83 ਸਾਲ ਦੇ ਜਦੋਂ ਪੇਸ਼ੈਂਟ ਨੇ ਇਹਨੂੰ ਇਸਤੇਮਾਲ ਕੀਤਾ, ਬਾਬੇ ਨੇ ਉਹਨੇ ਇੱਦਾਂ ਦੇ ਤੋਪੇ ਤੋੜੇ ਵੀ ਜਿਹੜਾ ਬਾਬਾ ਕਹਿੰਦਾ ਮੈਨੂੰ ਜਵਾਨੀ ਦੀ ਯਾਦ ਆ ਗਈ। ਤੋਂ ਜ਼ਿਆਦਾ ਮਾਤਰਾ ਦੇ ਵਿੱਚ ਇਹ 'ਚ ਪਾਇਆ ਜਾਂਦਾ ਪੋਟਾਸ਼ੀਅਮ। ਜਦੋਂ ਤੁਹਾਡੇ ਅੰਦਰ ਸਪਰਮ ਕਾਊਂਟ ਦੀ ਕਮੀ ਆ, ਜੇ ਵੀਰੇ ਤੁਹਾਡਾ ਪਤਲਾ ਹੋ ਜਾਵੇ, ਜਾਂ ਤੁਸੀਂ ਸੰਤਾਨ ਲੈਣ ਦੇ ਕਾਬਲ ਨਾ ਰਹੋ, ਜਾਂ ਤੁਹਾਡੇ ਸਿਰਫ ਆਉਣ ਜਾਣ ਦਾ ਸਮਾਂ ਲੱਗੇ, ਗ੍ਰਸਤ ਕਮਜ਼ੋਰੀ ਹੋ ਜਾਵੇ, ਇਰੈਕਸ਼ਨ ਪ੍ਰੋਪਰ ਨਾ ਆਉਂਦਾ ਹੋਏ, ਇਹ ਸਾਰਿਆਂ ਦੇ ਵਿੱਚ ਜਿਹੜਾ ਇਹ ਪੋਟਾਸ਼ੀਅਮ ਕੰਮ ਕਰਦਾ। ਕਹਿੰਦੇ ਸੀ ਜਿਹਨਾਂ ਨੂੰ ਪੇਟ ਦੀ ਪ੍ਰੋਬਲਮ ਹੈਗੀ ਹੈ, ਪੇਟ ਦੀ ਸਮੱਸਿਆ ਹੈਗੀ ਆ, ਉਹਨਾਂ ਵਾਸਤੇ ਵੀ ਇਹ ਜਿਹੜਾ ਤੋਪੇ ਤੋੜ ਫਲ ਹੈਗਾ ਤੁਹਾਡਾ, ਪਾਣੀ ਫਲ ਹੈਗਾ, ਵੀ ਉਹ ਬਹੁਤ ਬਿਹਤਰੀਨ ਚੀਜ਼ ਹੈਗੀ ਹੈ ਇੱਕ ਚਮਚਾ ਇਹਦਾ। ਗਿਰੀ ਹੈਗੀ ਹੈ ਤੋਪੇ ਤੋੜ ਫਲ ਜਿਹਨੂੰ ਤੁਸੀਂ ਕਹਿੰਦੇ ਹੋ ਪਾਣੀ ਫਲ ਦੀ, ਫਿਰ ਇਹ ਅਸਲੀ ਹਾਲਤ 'ਚ ਕਿਵੇਂ ਹੁੰਦਾ ਜੀ? ਇਹਦੀ ਪ੍ਰੋਪਰ ਸ਼ੇਪ ਇੱਦਾਂ ਦੀ ਹੁੰਦੀ ਹੈ ਜੀ, ਤੁਸੀਂ ਇਹ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ, ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ, ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ। ਇੱਕ ਵਾਰ ਮੁੜ ਤੋਂ ਅੱਜ ਤੁਹਾਡੇ ਨਾਲ ਅਸੀਂ ਮਿਲਵਾਉਣ ਜਾ ਰਹੇ ਹਾਂ ਗੋਰਿਆਂ ਦੇ ਵੈਦ ਹਰਸ਼ਵੀਰ ਜੀ ਉਹਨਾਂ ਨੂੰ, ਜਿਹੜੇ ਕਿ ਹਮੇਸ਼ਾ ਵਾਂਗ ਇੱਕ ਬੜਾ ਨਾਇਆਬ ਤੋਹਫ਼ਾ ਹੈਗਾ, ਉਸ ਤੋਹਫ਼ੇ ਦਾ ਨਾਮ ਉਹਨਾਂ ਨੇ ਰੱਖਿਆ ਤੋਪੇ ਤੋੜ ਫਲ, ਜਿਹੜਾ ਅੱਜ ਤੁਹਾਡੇ ਨਾਲ ਇੰਟਰੋਡਕਸ਼ਨ ਜਿਸ ਫਲ ਦੀ ਉਹ ਕਰਵਾਉਣੀ ਹੈ। ਕੀ ਫਲ ਹੈਗਾ, ਕੀ ਉਹਦੇ ਫਾਇਦੇ ਹੋਣ ਵਾਲੇ ਨੇ, ਔਰ ਕਿਸ ਤਰੀਕੇ ਨਾਲ ਵੈਦ ਜੀ ਦਾ ਕਹਿਣਾ ਹੈ ਕਿ 80-80 ਸਾਲ ਦੇ ਜਿਹੜੇ ਬਾਬੇ ਹੈਗੇ ਨੇ ਉਹਨਾਂ ਨੂੰ, ਜਿਹੜੇ ਉਹਨਾਂ ਦੇ ਜਵਾਨੀ ਪਹਿਰੇ ਦੇ ਜਿਹੜੇ ਦਿਨ ਹੈਗੇ ਨੇ ਉਹ ਯਾਦ ਕਰਵਾ ਦਿੰਦਾ ਹੈ ਉਹ ਫਲ ਇਸ ਤਰ੍ਹਾਂ ਦੇ ਤੋਪੇ ਤੋੜਦਾ ਕਮਜ਼ੋਰੀ ਦੇ। ਵੈਦ ਜੀ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ 'ਤੇ ਇੱਕ ਵਾਰ ਫਿਰ ਜੀ। ਦੇਸਾਂ ਵਿਦੇਸਾਂ ਵਿੱਚ ਬੈਠੇ ਮੇਰੇ ਸਾਰੇ ਪੰਜਾਬੀ ਵੀਰਾਂ ਨੂੰ ਮੇਰੀ ਯਾਨੀ ਵੈਦ ਹਰਸ਼ਵੀਰ ਸਿੰਘ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਪ੍ਰਵਾਨ ਕਰੋ ਜੀ। ਅੱਛਾ ਵੈਦ ਜੀ, ਤੁਸੀਂ ਇਹ ਅੱਜ ਟ੍ਰਾਈਐਂਗਲ ਦਿਲ ਦੇ ਸ਼ੇਪ ਦਾ ਜਿਹੜਾ ਤੋਪੇ ਤੋੜ ਜਿਹਦਾ ਤੁਸੀਂ ਨਾਮ ਦਿੱਤਾ ਹੈ ਫਲ, ਇਹ ਕੀ ਹੈਗਾ, ਇਹਨੂੰ ਕਿਹੜਾ ਫਲ ਕਹਿੰਦੇ ਨੇ, ਅਤੇ ਤੋਪੇ ਤੋੜ ਤੁਸੀਂ ਆਪਣੀ ਭਾਸ਼ਾ 'ਚ ਕਹਿੰਦੇ ਹੋ, ਇਹਦਾ ਅਸਲ ਨਾਮ ਕੀ ਹੈ? ਦੇਖੋ ਜੀ, ਇਹਨੂੰ ਅਸੀਂ ਤੋਪੇ ਤੋੜ ਫਲ ਕਿਉਂ ਕਹਿੰਦੇ ਹਾਂ, ਇਹਦਾ ਇੱਕ ਲੌਜਿਕ ਹੈਗਾ, ਆਧਾਰ ਹੈਗਾ। ਤੋਪੇ ਤੋੜ ਆ ਹੈ ਵੀ ਇਹ ਉਹ ਫਲ ਹੈ ਜਿੰਨੇ ਅੰਦਰ ਲੱਗੇ ਹੋਏ ਤੋਪੇ, ਜਿਹੜੇ ਲੋਕ ਲੱਗੇ ਨੇ, ਜਿਹੜੇ ਕਿ ਬਿਮਾਰੀ ਨੂੰ ਬਾਹਰ ਨਹੀਂ ਨਿਕਲਣ ਦਿੰਦੇ, ਇਹ ਤੋਪੇ ਸਾਰੇ ਤੋੜ ਦੇਣੇ ਨੇ। ਅਤੇ ਇਹਨੂੰ ਆਸਾਨ ਭਾਸ਼ਾ ਦੇ ਵਿੱਚ ਅਸੀਂ ਪਾਣੀ ਫਲ ਵੀ ਕਹਿ ਸਕਦੇ ਹਾਂ। ਪਾਣੀ ਫਲ ਇਹਨੂੰ ਤਾਂ ਕਹਿ ਸਕਦੇ ਹਾਂ ਵੀ ਅਕਸਰ ਇਹ ਜਿਹੜਾ ਫਲ ਹੈ ਪਾਣੀ ਦੇ ਵਿੱਚ ਹੀ ਹੁੰਦਾ। ਕੋਈ ਵੀ ਫਲ ਹੈ, ਤੁਸੀਂ ਕਿਸੇ ਵੀ ਫਲ ਨੂੰ ਪਾਣੀ ਦੇ ਵਿੱਚ ਪਾ ਦੋਗੇ ਅਤੇ ਉਹ ਜਿਹੜਾ ਪਾਣੀ ਦੇ ਵਿੱਚ ਕਦੀ ਵੀ ਫਲ ਜਿਹੜਾ ਉਹ ਸਹੀ ਨਹੀਂ ਰਹਿ ਸਕਦਾ,
ਉਹ ਜਿਹੜਾ ਜਿਹੜਾ ਫਲ ਹੈ ਉਹ ਗਲਣਾ ਸ਼ੁਰੂ ਹੋ ਜਾਏਗਾ ਥੋੜ੍ਹੀ ਦੇਰ ਬਾਅਦ। ਬਸ ਇਹ ਦੁਨੀਆਂ ਦੇ ਵਿੱਚ ਇੱਕੋ ਹੀ ਇੱਦਾਂ ਦਾ ਫਲ ਹੈ ਵੀ ਜਿਹੜਾ ਪਾਣੀ ਦੇ ਵਿੱਚ ਗਲਦਾ ਨਹੀਂ, ਬਲਕਿ ਪਾਣੀ ਦੇ ਵਿੱਚ ਹੀ ਪੈਦਾ ਹੁੰਦਾ ਅਤੇ ਪਾਣੀ ਦੇ ਵਿੱਚ ਹੀ ਰਹਿੰਦਾ। ਅਤੇ ਇਹਦੇ ਵਿੱਚ ਪਾਣੀ ਦੇ ਵਿੱਚ ਰਹਿਣ ਦਾ ਮਤਲਬ ਇਹ ਵੇ ਕਿ ਇਹਦੇ ਵਿੱਚ ਭਰਪੂਰ ਮਾਤਰਾ ਦੇ ਵਿੱਚ ਪੋਟਾਸ਼ੀਅਮ ਪਾਇਆ ਜਾਂਦਾ। ਮਤਲਬ ਪਾਣੀ ਵਾਲੇ ਸਾਰੇ ਗੁਣ ਜਿਹੜੇ ਨੇ ਉਹ ਇਹਦੇ ਵਿੱਚ ਆਲਰੇਡੀ ਮਿਲਦੇ ਨੇ। ਇਸ ਤੋਂ ਇਲਾਵਾ ਹੋਰ ਕਿਹੜੀ ਚੀਜ਼ ਹੁੰਦੀ ਹੈ ਜੀ? ਦੇਖੋ ਜੀ, ਇਹਦੇ ਵਿੱਚ ਬਹੁਤ ਸਾਰੇ ਵਿਟਾਮਿਨ, ਬਹੁਤ ਸਾਰੇ ਮਿਨਰਲਸ ਵੀ ਹੁੰਦੇ ਨੇ। ਜਿਵੇਂ ਕਿ ਸਾਰਾ ਕੁਛ ਹੁੰਦਾ, ਵਿਟਾਮਿਨ ਬੀ ਵੀ ਹੁੰਦਾ, ਵਿਟਾਮਿਨ ਸੀ ਵੀ ਹੁੰਦਾ ਇਹਦੇ ਵਿੱਚ, ਸਾਰਾ ਕੁਛ ਹੁੰਦਾ। ਬਟ ਉਹ ਚੀਜ਼ਾਂ ਨੂੰ ਸਾਈਡ 'ਤੇ ਰੱਖ ਕੇ ਸਭ ਤੋਂ ਜ਼ਿਆਦਾ ਮਾਤਰਾ ਦੇ ਵਿੱਚ ਇਹ 'ਚ ਪਾਇਆ ਜਾਂਦਾ ਪੋਟਾਸ਼ੀਅਮ। ਪੋਟਾਸ਼ੀਅਮ ਜਿਹੜਾ ਉਹ ਸਾਡੇ ਅੰਦਰ ਸ਼ੁਕਰ ਧਾਤੂ ਬਣਾਉਣ ਦੇ ਬਹੁਤ ਐਕਟਿਵ ਹੁੰਦਾ। ਅਤੇ ਜਦੋਂ ਤੁਹਾਡੇ ਅੰਦਰ ਸਪਰਮ ਕਾਊਂਟ ਦੀ ਕਮੀ ਆ ਜੇ, ਵੀਰੇ ਤੁਹਾਡਾ ਪਤਲਾ ਹੋ ਜੇ, ਜਾਂ ਤੁਸੀਂ ਸੰਤਾਨ ਲੈਣ ਦੇ ਕਾਬਲ ਨਾ ਰਹੋ, ਜਾਂ ਤੁਹਾਡੇ ਸਿਰਫ ਆਉਣ ਜਾਣ ਦਾ ਸਮਾਂ ਲੱਗੇ, ਗ੍ਰਸਤ ਕਮਜ਼ੋਰੀ ਹੋ ਜੇ, ਇਰੈਕਸ਼ਨ ਪ੍ਰੋਪਰ ਨਾ ਆਉਂਦਾ ਹੋਏ, ਇਹ ਸਾਰਿਆਂ ਦੇ ਵਿੱਚ ਜਿਹੜਾ ਇਹ ਪੋਟਾਸ਼ੀਅਮ ਕੰਮ ਕਰਦਾ। ਪੋਟਾਸ਼ੀਅਮ ਜਿਹੜਾ ਨਾਈਟ੍ਰਿਕ ਆਕਸਾਈਡ ਬਣਾਉਂਦਾ ਅੰਦਰ। ਨਾਈਟ੍ਰਿਕ ਆਕਸਾਈਡ ਜਦੋਂ ਤੱਕ ਨਹੀਂ ਬਣੇਗੀ ਉਦੋਂ ਤੱਕ ਜਿਹੜਾ ਤੁਹਾਡਾ ਪਿਓ ਹਾਰਡ ਨਹੀਂ ਹੋਏਗਾ, ਉਹਦੇ ਵਿੱਚ ਪ੍ਰੋਪਰਲੀ ਇਰੈਕਸ਼ਨ ਨਹੀਂ ਆਏਗਾ। ਪਰ ਤੁਸੀਂ ਤਾਂ ਕਹਿ ਰਹੇ ਕਿ ਇਹ ਜਿਹੜੇ 80-80 ਸਾਲ ਦੇ ਬਾਬਿਆਂ ਦੇ ਉੱਤੇ ਬੜਾ ਕਾਰਗਰ ਨੁਸਖਾ ਹੈਗਾ, ਅਤੇ ਜਿਹੜੇ 25-25 ਸਾਲ ਦੇ ਬਜ਼ੁਰਗ ਨੇ ਉਹਨਾਂ ਨੂੰ ਵੀ ਇਹ ਬੜਾ ਬੈਨੀਫਿਟਡ, ਜਿਹੜਾ ਬੈਨੀਫਿਟ ਇਹਦਾ ਹੋਣ ਵਾਲਾ। ਦੇਖੋ ਫਰੂਕੀ ਸਾਹਿਬ, ਇਹਦੇ ਵਿੱਚ ਥੋੜ੍ਹਾ ਜਿਹਾ ਆਪਾਂ ਨੂੰ ਇਹਦੇ ਇਤਿਹਾਸ ਜਾਣ ਦੀ ਲੋੜ ਪੈਣੀ ਹੈ ਇਸ ਗੱਲ ਪਿੱਛੇ, ਜੇ ਮੈਂ ਇਹਨੂੰ ਗੱਲ ਨੂੰ ਪ੍ਰੂਵ ਕਰਨਾ ਚਾਹੁੰਦਾ ਵਾਂ। ਇਹ ਤਕਰੀਬਨ ਤੁਸੀਂ ਮੋਟਾ ਮੋਟਾ ਮੰਨ ਕੇ ਚੱਲੋ ਵੀ 200 ਸਾਲ ਪੁਰਾਣੀ ਚੀਜ਼ ਹੈ। 200 ਸਾਲ ਤੋਂ ਲੋਕ ਇਹਨੂੰ ਇਸਤੇਮਾਲ ਕਰਦੇ ਨੇ। ਹੁਣ ਜਿਨ੍ਹਾਂ ਜਿਨ੍ਹਾਂ ਨੇ ਇਸਤੇਮਾਲ ਕੀਤਾ ਪਹਿਲਾਂ ਇਹਨੂੰ, ਉਹਨਾਂ ਨੇ ਥੱਲੇ ਤੁਹਾਨੂੰ ਕਮੈਂਟ ਕਰਕੇ ਦੱਸਣਾ ਵੀ ਹੈ ਵੀ ਮੈਂ ਕੀ ਕਹਿ ਰਿਹਾ ਅਤੇ ਇਹਦਾ ਆਧਾਰ ਕੀ ਹੈ। ਕਿਉਂਕਿ ਦੇਖੋ ਕੋਈ ਵੀ ਚੀਜ਼ ਹੈ ਨਾ, ਜਿਹੜੀ ਮਸ਼ੀਨਰੀ ਉਹ ਕਦੀ ਵੀ ਨਾ, ਇਨਸਾਨ ਦਾ ਜਿਹੜਾ ਸਰੀਰ ਹੈ ਆਪਾਂ ਇਹ ਨਹੀਂ ਕਹਿ ਸਕਦੇ ਵੀ, ਜਿੱਦਾਂ ਆਪਣੇ ਹੱਥ ਪੈਰ ਨੇ ਜਾਂ ਹੋਰ ਪਾਰਟ ਆਫ ਬੋਡੀ ਨੇ ਵੀ ਜਿਹੜੇ ਪ੍ਰੋਪਰਲੀ ਵਰਕ ਕਰਦੇ ਨੇ ਨਾ, ਅਤੇ ਜੇ ਆਪਾਂ ਕਹੀਏ ਵੀ ਪਰੇ ਉਹ ਇੰਨੀ ਉਮਰ ਤੱਕ ਹੀ ਕੰਮ ਕਰ ਸਕਦਾ, ਉਸ ਤੋਂ ਬਾਅਦ ਨਹੀਂ ਕਰ ਸਕਦਾ, ਕਿਉਂ ਨਹੀਂ ਕਰ ਸਕਦਾ? ਸਾਡੇ ਕੋਲ ਇਹਨਾਂ ਚੀਜ਼ਾਂ ਦੇ ਪ੍ਰੂਫ ਹੈਗੇ ਨੇ। ਪਿਛਲੇ ਕਈ ਸਾਲਾਂ ਤੋਂ ਇਹ ਚੀਜ਼ਾਂ ਮੈਂ ਆਪਣੇ ਪੇਸ਼ੈਂਟਾਂ ਨੂੰ ਵਰਤਣ ਲਈ ਕਹਿੰਦਾ ਵਾਂ, ਬਹੁਤ ਸ਼ਾਨਦਾਰ ਅਸਰ ਆਉਂਦੇ ਨੇ ਇਹਦੇ, ਅਤੇ ਇਹਦੇ ਵਿੱਚ ਇਹਦਾ ਜਿਹੜਾ ਅਸਰ ਹੈ। ਤੁਸੀਂ ਤਾਂ ਕਹਿ ਰਹੇ ਸੀ ਕਿ ਬਾਬਿਆਂ ਦੇ ਤੋਪੇ ਤੋੜ ਵਾਲਾ ਨੁਸਖਾ ਹੈਗਾ, ਬਾਬਿਆਂ ਦੇ ਵੀ ਜਿਹੜੇ ਲੋਕ ਹੈਗੇ ਨੇ ਕਮਜ਼ੋਰੀ ਵਾਲੇ ਉਹ ਖੋਲ ਦਿੰਦਾ। ਦੇਖੋ ਜੀ, ਮੈਨੂੰ ਮੇਰੇ ਪੇਸ਼ੈਂਟ ਨੇ ਦੱਸੀ ਗੱਲ, ਕਹਿੰਦੇ ਉਹਨਾਂ ਦੀ ਇਸ ਵੇਲੇ ਏਜ ਹੈਗੀ 83 ਈਅਰਸ, 83 ਸਾਲ ਦੇ ਹੈਗੇ ਨੇ ਜੀ। 83 ਸਾਲ ਦੇ ਜਦੋਂ ਪੇਸ਼ੈਂਟ ਨੇ ਇਹਨੂੰ ਇਸਤੇਮਾਲ ਕੀਤਾ, ਬਾਬੇ ਦੇ ਉਹਨੇ ਇੱਦਾਂ ਦੇ ਤੋਪੇ ਤੋੜੇ ਵੀ ਜਿਹੜਾ ਬਾਬਾ ਕਹਿੰਦਾ ਮੈਨੂੰ ਜਵਾਨੀ ਦੀ ਯਾਦ ਆ ਗਈ, ਕਹਿੰਦਾ ਮੇਰੀਆਂ ਅੱਖਾਂ ਖੁੱਲ੍ਹ ਗਈਆਂ ਅਤੇ ਮੈਨੂੰ ਪਤਾ ਲੱਗ ਗਿਆ ਵੀ ਮੈਂ ਵਾਕਈ ਮੈਂ ਅਜੇ ਕਾਬਲ ਹਾਂ ਸਭ ਕੁਛ ਕਰਨ ਦੇ। ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਸਮਝਾਉਣ ਲਈ ਥੋੜ੍ਹਾ ਜਿਹਾ ਪਹਿਲਾਂ ਇਹਨਾਂ ਦੇ ਜਿਹੜੇ ਫਾਇਦੇ ਨੇ ਦੱਸਣੇ ਪੈਂਦੇ ਨੇ, ਇਹਨਾਂ ਦੀ ਗਲੋਰੀਫਿਕੇਸ਼ਨ ਕਰਨੀ ਪੈਂਦੀ ਹੈ। ਮਤਲਬ ਤੁਸੀਂ ਲਾਸਟ ਦੇ ਵਿੱਚ ਸਮਝਾਓਗੇ ਕਿ ਜਿਹੜਾ ਪਾਣੀ ਫਲ ਹੈ ਇਹਦੀ ਅਸਲ ਸ਼ਕਲ ਕੀ, ਕਿਸ ਤਰ੍ਹਾਂ ਦੀ ਹੁੰਦੀ ਹੈ, ਕਿ ਉਹ ਅਸਲ ਸ਼ਕਲ ਦੇ ਵਿੱਚ ਇਹ ਕਿਸ ਤਰ੍ਹਾਂ ਦਾ ਮਿਲਦਾ? ਤੁਸੀਂ ਇਸ ਵੇਲੇ ਇਹਨੂੰ ਟ੍ਰਾਇੰਗਲ ਵੀ, ਜਿਹੜਾ ਕਹਿ ਦੇ ਵਿੱਚ ਟ੍ਰਾਇੰਗਲ ਫਲ ਵੀ ਹੈਗਾ, ਇਹ ਤ੍ਰਿਕੋਣਾ ਫਲ ਵੀ ਜਿਹਨੂੰ ਕਹਿੰਦੇ ਨੇ, ਅਤੇ ਉਹ ਲਾਸਟ ਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਅਸੀਂ ਤੁਹਾਨੂੰ ਦਿਖਾਵਾਂਗੇ ਵੀ। ਬਿਲਕੁਲ ਜੀ, ਬਿਲਕੁਲ ਦਿਖਾਵਾਂਗੇ। ਸਾਡਾ ਇੱਥੇ ਪਰਪਜ਼ ਇਹ ਨਹੀਂ ਹੈਗਾ ਵੀ ਆਪਾਂ ਕਿਸੇ ਨੂੰ ਇੱਥੇ ਹਨੇਰੇ 'ਚ ਰੱਖਣਾ, ਜਾਂ ਇਹ ਫਾਰਮੂਲੇ ਜਿਹੜੇ ਨੇ ਮੈਂ ਵੇਚਣ ਲਈ ਨਹੀਂ ਆ, ਮੈਂ ਕੋਈ ਅਸੀਂ ਕਮਰਸ਼ੀਅਲ ਪਰਪਜ਼ ਲਈ ਨਹੀਂ ਆਉਂਦਾ। ਇਹ ਜਿਹੜੀਆਂ ਚੀਜ਼ਾਂ ਨੇ ਇਹ ਅਵੇਅਰਨੈਸ ਲਈ ਹੈ, ਇੱਕ ਐਜੂਕੇਸ਼ਨਲ ਪਰਪਜ਼ ਲਈ ਹੈ। ਕੋਈ ਵੀ ਮੇਰਾ ਫਾਰਮੂਲਾ, ਮੇਰੇ ਫਾਰਮੂਲੇ ਬਾਰੇ ਕਿਸੇ ਨੇ ਵੀ ਕੋਈ ਜਾਣਕਾਰੀ ਲੈਣੀ ਚਾਹੁੰਦੇ ਨੇ, ਆਪਣੇ 3 ਟੈਸਟ ਲੈ ਕੇ ਮੇਰੇ ਕੋਲ ਆ ਜਾਣ, ਯੂਰਿਨ ਟੈਸਟ ਰੂਟੀਨ ਵਾਲਾ, ਸੀਮਨ ਟੈਸਟ ਰੂਟੀਨ ਵਾਲਾ, ਅਤੇ ਟੈਸਟੋਸਟੇਰੋਨ ਦੀ ਜਿਹੜੀ ਟੋਟਲ ਟੈਸਟ ਦੀ ਰਿਪੋਰਟ, 3 ਟੈਸਟ ਲੈ ਕੇ ਕਿਸੇ ਵੀ ਫਾਰਮੂਲੇ ਬਾਰੇ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਤੁਸੀਂ ਮੈਨੂੰ ਆਪਾਂ ਕੇ ਮਿਲ ਸਕਦੇ ਹੋ, ਮੈਂ ਜਲੰਧਰ ਮਿਲਦਾ ਵਾਂ ਜੀ, ਹਰ ਰੋਜ਼ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ, ਐਤਵਾਰ ਨੂੰ ਛੁੱਟੀ ਹੁੰਦੀ ਹੈ, ਦੁਪਹਿਰੀ 1 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਮੈਂ ਅਵੇਲੇਬਲ ਹੋਵਾਂਗਾ। ਤੁਸੀਂ ਮੇਰੇ ਨਾਲ ਆ ਕੇ ਕੋਈ ਵੀ ਜਿਹੜੀ ਸਲਾਹ ਮਸ਼ਵਰਾ ਕਰ ਸਕਦੇ ਹੋ। ਜੀ ਜੀ ਜੀ, ਆਪਾਂ ਹੁਣ ਜਿਹੜਾ ਵੀਡੀਓ ਨੂੰ ਲੰਮਾ ਨਾ ਕਰੀਏ, ਅਤੇ ਮੈਂ ਸਿੱਧਾ ਹੁਣ ਨੁਸਖੇ ਦੇ ਉੱਤੇ ਆਉਂਦਾ ਵਾਂ ਜੀ।
ਨੁਸਖਾ ਕਰੇਗਾ ਕੀ ਜੀ, ਸਾਨੂੰ ਇਹ ਤਾਂ ਦੱਸ ਦਿਓ। ਨੁਸਖਾ ਜੀ ਤੁਹਾਡੇ ਅੰਦਰ ਜਿਹੜੇ ਰੋਗ ਹੈਗਾ, ਜਿਹੜੇ ਉਹਦੇ ਤੋਪੇ ਨੇ, ਉਹ ਤੋਪੇ ਤੋੜ ਦੇਗਾ ਜੀ। ਆਹ ਦੇਖੋ ਜੀ, ਮੈਂ ਤੁਹਾਡੇ ਸਾਹਮਣੇ ਬਣਾ ਲੈਂਗਾ ਜੀ ਨੁਸਖਾ, ਤੋਪੇ ਤੋੜ ਫਾਰਮੂਲਾ। ਤੋਪੇ ਤੋੜ ਜਿਹੜਾ ਇਹਨੇ ਤੁਹਾਡੇ ਜਿੰਨੇ, ਇਹ ਕੀ ਚੀਜ਼ ਹੈ ਜੀ, ਜਿੰਨੇ ਅੰਦਰ ਜਿਹੜੇ ਹੈਗੇ ਨੇ, ਪਹਿਲਾਂ ਮੈਂ ਐਡ ਕਰਾਂਗਾ ਅਤੇ ਇਹ ਕੀ ਚੀਜ਼ ਹੈ ਜੀ, ਇਹ ਚੀਜ਼ ਹੈਗੀ ਹੈ ਜੀ, ਇਹ ਜਿਹੜਾ ਫਲ ਹੈ ਇਹਦਾ ਆਪਾਂ ਸਮਾਂ ਬਚਾਉਣ ਲਈ ਇਹਨੂੰ ਪਹਿਲਾਂ ਡਰਾਈ ਕਰਕੇ ਚੰਗੀ ਤਰ੍ਹਾਂ ਛਾਂ ਦੇ ਵਿੱਚ, ਫਿਰ ਇਹਨੂੰ ਚੰਗੀ ਤਰ੍ਹਾਂ ਜਿਹੜਾ ਪੀ ਕੇ ਉਹਦਾ ਜਿਹੜਾ ਪਾਊਡਰ ਬਣਾਇਆ ਤਿਆਰ ਕੀਤਾ ਹੈ ਉਹ ਹੈ, ਠੀਕ ਹੈ। ਇਹ ਆਪਾਂ ਇੱਕ ਚਮਚਾ ਯੂਜ਼ ਕਰਨਾ, ਇੰਨਾ ਚਮਚਾ ਭਰਨਾ ਜੀ, ਅਤੇ ਆਹ ਦੁੱਧ ਦੇ ਵਿੱਚ ਪਾ ਤਾ, ਦੁੱਧ ਤੁਹਾਨੂੰ ਤੁਹਾਡੇ ਸਾਹਮਣੇ ਗਲਾਸ ਦੇ ਵਿੱਚੋਂ ਕੱਢਿਆ, ਆਹ ਐਡਾ ਕੁ ਗਲਾਸ ਹੈ ਜੀ, ਇਹ ਗਲਾਸ ਭਰ ਕੇ ਦੁੱਧ ਲੈਣਾ ਜੀ, ਅਤੇ ਆਹ ਫਾਰਮੂਲਾ ਮੈਂ ਐਡ ਕਰਤਾ ਇਹਦੇ ਵਿੱਚ। ਇਹਨੂੰ ਹੁਣ ਆਪਾਂ ਬੈਸਟ ਰਿਜ਼ਲਟ ਲਈ ਕੀ ਕਰਨਾ, ਇਹਨੂੰ ਆਪਾਂ ਮਿਕਸੀ ਦੇ ਵਿੱਚ ਗੇੜਾ ਦਵਾਉਣਾ। ਦੇਖੋ ਫਰੂਕੀ ਸਾਹਿਬ, ਇਹ ਹੁਣ ਮਿਕਸ ਹੋ ਗਿਆ ਚੰਗੀ ਤਰ੍ਹਾਂ ਤੁਹਾਡੇ ਸਾਹਮਣੇ, ਅਤੇ ਇਹਨੂੰ ਆਪਾਂ ਇਹਦੇ ਵਿੱਚ ਐਡ ਕਰ ਦੇਣਾ ਪੈਨ ਦੇ ਵਿੱਚ। ਪੈਨ 'ਚ ਮਿਕਸ ਕਰਕੇ ਕੀ ਕਰਨਾ, ਇਹਨੂੰ ਥੱਲੇ ਨਾ ਮੀਡੀਅਮ ਜਿਹੜੀ ਹੈਗੀ ਹੈ ਅੱਗ ਬਾਲ ਕੇ, ਅਤੇ ਇਹਨੂੰ ਚੰਗੀ ਤਰ੍ਹਾਂ ਜਿਹੜਾ ਕੱਢ ਲੈਣ ਦੇਣਾ ਚਾਹੀਦਾ, ਜਿੱਦਾਂ ਕੜੇਗਾ ਅਤੇ ਫਿਰ ਚੰਗੀ ਤਰ੍ਹਾਂ ਜਿਹੜਾ ਉਹਦਾ ਅਸਰ ਹੈ ਪ੍ਰੋਪਰ, ਜੋ ਆਪਾਂ ਇਹ ਤੋਂ ਫਾਇਦਾ ਲੈਣਾ ਚਾਹੁੰਦੇ ਹਾਂ ਉਹ ਪ੍ਰੋਪਰਲੀ ਆਪਾਂ ਨੂੰ ਫਾਇਦਾ ਉਹਲਾ ਮਿਲੇਗਾ ਜੀ। ਹਾਂਜੀ, ਅਤੇ ਇਹ ਤਾਂ ਹੇਠਾਂ ਲੱਗ ਜਾਣਾ ਜੀ ਮੈਨੂੰ ਲੱਗਦਾ, ਜਿਹੜਾ ਤੁਸੀਂ ਇਹਦੇ ਵਿੱਚ ਹੇਠਾਂ ਨਹੀਂ ਲੱਗਣ ਦੇਣਾ ਜੀ। ਆਹ ਦੇਖੋ, ਆਹ ਚਿਮਚਾ ਲੈ ਕੇ ਜਿੱਦਾਂ ਅਸੀਂ ਖੋਇਆ ਬਣਾਈ ਦਾ, ਇੱਦਾਂ ਇੱਦਾਂ ਕਰਕੇ ਇਹਨੂੰ ਘੁਮਾਈ ਜਾਣਾ ਹਾਂ, ਇੱਦਾਂ ਇੱਦਾਂ ਘੁਮਾਈ ਜਾਣਾ, ਇਹਨੂੰ ਸਟੈਂਡ ਸਟਿਲ ਨਹੀਂ ਚੱਲਣ ਦੇਣਾ ਜੀ। ਹਾਂਜੀ, ਦੁੱਧ ਜਿੱਦਾਂ ਹੁਣ ਮੰਨ ਲਓ ਇਸ ਵੇਲੇ 100% ਹੈਗਾ, ਜਦੋਂ ਇਹ 25% ਵਿੱਚ ਉੱਡ ਗਿਆ, 75% ਰਹਿ ਗਿਆ, ਉਦੋਂ ਆਪਣਾ ਜਿਹੜਾ ਫਾਰਮੂਲਾ ਬਿਲਕੁਲ ਤਿਆਰ ਹੋ ਜਾਏਗਾ। ਬਿਲਕੁਲ, ਦੇਖੋ ਫਾਰਮੂਲਾ ਤਿਆਰ ਹੈਗਾ, ਕਾੜ ਕਾੜ ਕੇ ਜਿਹੜਾ ਅਸੀਂ ਕਹਿ ਲਈਏ ਕਿ ਤੋਪੇ ਤੋੜ ਫਲ ਨੂੰ ਵੈਦ ਜੀ ਨੇ ਜਿਹੜਾ ਤਿਆਰ ਕੀਤਾ ਅਤੇ ਗਲਾਸ ਦੇ ਵਿੱਚ ਪਾਉਣ ਦੀ ਜਿਹੜੀ ਪੂਰੀ ਤਿਆਰੀ ਹੈਗੀ ਹੈ। ਤੁਸੀਂ ਇਹ ਜਿਹੜਾ ਦੁੱਧ ਹੈਗਾ 25% ਫੂਕਤਾ ਜੀ ਵਿੱਚ। ਬਿਲਕੁਲ ਜੀ, ਬਿਲਕੁਲ 25 ਕਾੜਤਾ ਜਿਹਨੂੰ ਕਹਿ ਲੈਂਦੇ। ਆਹ ਦੇਖੋ ਨਾ, ਦੁੱਧ ਸੰਘਣਾ ਕਿੰਨਾ ਹੋਇਆ ਪਿਆ, ਦੇਖਣ ਨੂੰ ਕਿੱਡਾ ਪਿਆਰਾ ਲੱਗਾ, ਖੁਸ਼ਬੂ ਵੀ ਬੜੀ ਵਧੀਆ ਆ ਰਹੀ ਹੈ ਇਹਦੇ। ਖੁਸ਼ਬੂ ਨਹੀਂ ਹੈ ਜੀ ਫਰੂਕੀ ਸਾਹਿਬ, ਜਦੋਂ ਤੋਪੇ ਤੋੜ ਦੇਣੇ ਨੇ ਇਹਨੇ, ਪੂਰਾ ਭਰਿਆ ਹੋਇਆ ਸੀ ਗਲਾਸ 'ਤੇ, ਮੈਨੂੰ ਲੱਗਦਾ 1% ਘੱਟ ਗਿਆ ਜੀ, ਇਹ 25%। ਫਰੂਕੀ ਸਾਹਿਬ, ਇਹ ਫਾਰਮੂਲਾ ਬਣ ਕੇ ਰੈਡੀ ਹੈ ਇਸ ਵੇਲੇ। ਹੁਣ ਫਾਰਮੂਲੇ ਨੂੰ ਅਸੀਂ ਲਗਾਤਾਰ 3 ਹਫ਼ਤਿਆਂ ਤੱਕ, ਮੀਨਸ ਵੀ 21 ਦਿਨ ਆਪਾਂ ਯੂਜ਼ ਕਰ ਸਕਦੇ ਹਾਂ, 21 ਦਿਨ ਤੋਂ ਵੱਧ ਜਦੋਂ ਯੂਜ਼ ਕਰਨਾ ਹੋਏ ਤਾਂ ਘੱਟੋ ਘੱਟ ਵਿੱਚ 10 ਦਿਨ ਦਾ ਬ੍ਰੇਕ ਲਾਉਣਾ ਜ਼ਰੂਰੀ ਹੈ। ਅਤੇ ਦੂਜੇ ਨੰਬਰ 'ਤੇ ਇਹਦਾ ਬੈਸਟ ਟਾਈਮ ਇਹ ਵੇ ਕਿ ਰਾਤ ਦੀ ਰੋਟੀ ਤੋਂ ਬਾਅਦ ਆਪਾਂ ਇਹਨੂੰ ਬੈੱਡ ਟਾਈਮ 'ਤੇ ਲੈ ਲਈਏ, ਬੈੱਡ ਟਾਈਮ 'ਤੇ ਕੰਜ਼ਿਊਮ ਕਰਨ ਤੋਂ ਬਹੁਤ ਜ਼ਿਆਦਾ ਫਾਇਦਾ। ਰਾਤ ਦੀ ਰੋਟੀ ਤੋਂ ਤੁਸੀਂ 1/2 ਘੰਟਾ ਬਾਅਦ ਇਹਨੂੰ ਲੈ ਸਕਦੇ ਹੋ। ਅਤੇ ਇਹਨੂੰ ਲੈਣ ਦਾ ਸਹੀ ਤਰੀਕਾ ਇਹ ਵੇ ਕਿ ਭੁੰਜੇ ਬੈਠ ਕੇ ਚੌਂਕੜੀ ਮਾਰ ਕੇ ਆਰਾਮ ਨਾਲ ਸਿਪ ਸਿਪ ਕਰਕੇ ਪੀਣਾ, ਜਦੋਂ ਇਹ ਕੋਸਾ ਜਿਹਾ ਹੋ ਜਾਵੇ ਉਦੋਂ ਪੀਣਾ, ਗਰਮ ਗਰਮ ਹਾਲਤ ਦੇ ਵਿੱਚ ਇਹਨੂੰ ਬਿਲਕੁਲ ਨਹੀਂ ਪੀਣਾ, ਇਹਨੂੰ ਥੋੜ੍ਹੀ ਦੇਰ ਰੱਖ ਕੇ ਠੰਡਾ ਕਰਕੇ ਬਿਲਕੁਲ ਕੋਸਾ ਹੋਣ ਤੋਂ ਬਾਅਦ ਹੀ ਪੀਤਾ ਜਾਏ, ਅਤੇ ਫਿਰ ਇਹਦਾ ਬਿਲਕੁਲ ਵਧੀਆ ਆਪਾਂ ਨੂੰ ਰਿਜ਼ਲਟ ਮਿਲੇਗਾ ਜੀ। ਅੱਛਾ, ਪਰ ਹੁਣ ਵੈਦ ਜੀ ਸਾਨੂੰ ਇਹ ਤਾਂ ਦੱਸ ਦਿਉ ਵੀ ਤੁਸੀਂ ਕਹਿ ਰਹੇ ਸੀ ਕਿ ਜਿਹੜੇ ਇਹ ਤਾਂ ਗਿਰੀ ਹੈਗੀ ਹੈ ਤੋਪੇ ਤੋੜ ਫਲ ਜਿਹਨੂੰ ਤੁਸੀਂ ਕਹਿੰਦੇ ਹੋ ਪਾਣੀ ਫਲ ਦੀ, ਫਿਰ ਇਹ ਅਸਲੀ ਹਾਲਤ 'ਚ ਕਿਵੇਂ ਹੁੰਦਾ ਜੀ? ਇਹਦੀ ਪ੍ਰੋਪਰ ਸ਼ੇਪ ਇੱਦਾਂ ਦੀ ਹੁੰਦੀ ਹੈ ਜੀ, ਤੁਸੀਂ ਇਹ ਪਾਣੀ ਫਲ ਬਹੁਤ ਦੇਖਿਆ ਹੋਇਆ। ਫਾਰਮੂਲਾ ਬਣਾ ਕੇ ਦੱਸਦੇ ਪਏ ਹਾਂ, ਤੇ ਅੱਜ ਮੇਰੇ ਭਰਾਵਾਂ ਨੂੰ ਇਹਦੇ ਬਾਰੇ ਗਿਆਨ ਹੋਏਗਾ ਵੀ ਇਹਦੇ ਵਿੱਚ ਆਹ ਚੀਜ਼ਾਂ ਪੈਂਦੀਆਂ, ਇਹਦੇ ਅੰਦਰ ਪੋਟਾਸ਼ੀਅਮ ਇੰਨੀ ਹੁੰਦੀ ਹੈ, ਇਹਦੇ ਅੰਦਰ ਨਾਈਟ੍ਰਿਕ ਆਕਸਾਈਡ ਬਣਨੀ ਹੈ, ਇਹਦੇ ਅੰਦਰ ਜਿਹੜੇ ਸਪਰਮ ਕਾਉਂਟ ਵਧਾਉਣ ਦੀ ਪਾਵਰ ਹੈਗੀ ਹੈ, ਇਹਦੇ ਅੰਦਰ ਜਿਹੜਾ ਤੁਹਾਡੇ ਤੋਪੇ ਤੋੜ ਦੇਣ ਦੀ ਪਾਵਰ ਹੈਗੀ ਹੈ, ਤੁਹਾਡੇ ਦੁੱਖ ਤੋੜਨ ਦੀ ਪਾਵਰ ਹੈਗੀ ਹੈ, ਤੁਹਾਡਾ ਜਿਹੜਾ ਪਾਰਟਨਰ ਹੈ ਉਹਨੂੰ ਖੁਸ਼ ਕਰਨ ਦੀ ਪਾਵਰ ਹੈਗੀ ਹੈ। ਫਿਰ ਤੁਸੀਂ ਦੇਖਿਓ ਅੱਜ ਤੋਂ ਲੋਕਾਂ ਨੇ ਕਿੱਦਾਂ ਲੱਭਣੇ ਸ਼ੁਰੂ ਕਰਨੇ ਨੇ।
ਅਤੇ ਬਹੁਤ ਸਾਰਾ ਹੁੰਦਾ ਜੀ ਵੈਦ ਜੀ ਕਿ ਜੇ ਜਿਨ੍ਹਾਂ ਨੇ ਯੂਜ਼ ਕੀਤੇ ਹੁੰਦੇ ਨੇ ਫਾਰਮੂਲੇ, ਬਹੁਤ ਕਹਿੰਦੇ ਨੇ ਜੀ ਸਾਨੂੰ ਬਹੁਤ ਜ਼ਿਆਦਾ ਫਰਕ ਪਿਆ, ਵਿੱਚ ਲੋਕ ਕਹਿ ਰਹੇ ਨੇ ਜੀ ਸਾਨੂੰ ਫਰਕ ਪਿਆ ਤਾਂ ਪਰ ਓਨਾ ਨਹੀਂ ਪਿਆ ਜਿੰਨਾ ਤੁਸੀਂ ਦਿਖਾਇਆ, ਪਰ ਬਹੁਤ ਸਾਰੇ ਲੋਕ ਇੱਦਾਂ ਦੇ ਵੀ ਜਿਹੜੇ ਕਹਿੰਦੇ ਸਾਨੂੰ ਕੋਈ ਫਰਕ ਹੀ ਨਹੀਂ ਪਿਆ ਜਿਹਦੇ ਨਾਲ ਜਿਸ ਤਰ੍ਹਾਂ ਪਹਿਲਾਂ ਸਿਸਟਮ ਸੀ ਉਸ ਤਰ੍ਹਾਂ ਦਾ ਹੁਣ ਸਿਸਟਮ ਹੈ। ਦੇਖੋ ਫਰੂਕੀ ਸਾਹਿਬ ਇੱਦਾਂ ਹੁੰਦਾ ਵੀ ਹਰ ਚੀਜ਼ ਦਾ ਨਾ ਇੱਕ ਬਿਮਾਰੀ ਕੋਈ ਵੀ ਹੈ ਨਾ ਉਹਦੀ ਸਟੇਜਿਸ ਹੁੰਦੀਆਂ ਡਿਫਰੈਂਟ। ਮੈਂ ਹੁਣ ਵਾਰ ਵਾਰ ਆਪਣੀ ਹਰ ਇੱਕ ਇੰਟਰਵਿਊ ਦੇ ਵਿੱਚ ਕਿਉਂ ਕਹਿੰਦਾ ਵਾਂ ਵੀ ਜਿਹਨੇ ਵੀ ਮੇਰੇ ਵੀਰ ਨੇ ਇਲਾਜ ਕਰਾਉਣਾ ਉਹ ਆਪਣੇ ਟੈਸਟਾਂ ਦੀਆਂ ਰਿਪੋਰਟਾਂ ਨਾਲ ਲੈ ਕੇ ਆਏ, ਉਹ ਟੈਸਟਾਂ ਦੀਆਂ ਰਿਪੋਰਟਾਂ ਨਾਲ ਮੈਂ ਕਿਹੜਾ ਕੁਛ ਕਰਨਾ ਹੁੰਦਾ, ਮੈਂ ਇਹੀ ਦੇਖਣਾ ਹੁੰਦਾ ਵੀ ਬਿਮਾਰੀ ਦੀ ਸਟੇਜ ਕਿਹੜੀ ਹੈ। ਦੇਖੋ ਹੁਣ ਕੋਈ ਵੀ ਵੈਦ ਹੈ ਕੋਈ ਵੀ ਡਾਕਟਰ ਹੈ ਜਿਹੜਾ ਇਹ ਕਹਿੰਦਾ ਵੀ ਤੇਰੀ ਮੈਂ ਆਵਾਜ਼ ਫੋਨ 'ਤੇ ਸੁਣ ਕੇ ਅਤੇ ਮੈਂ ਤੁਹਾਨੂੰ ਦਵਾਈ ਦੇ ਦੂੰ ਇੱਦਾਂ ਦੀ ਵੀ ਤੇਰੇ ਤੋਪੇ ਟੁੱਟ ਜਾਣਗੇ ਅਤੇ ਤੇਰਾ ਫਲਾਣਾ ਹੋ ਜਾਏਗਾ ਤੇਰਾ ਉੱਦਾਂ ਦਾ ਹੋ ਜਾਏਗਾ, ਉਹ ਬੰਦਾ ਅੰਤਰਯਾਮੀ ਤਾਂ ਹੋ ਨਹੀਂ ਸਕਦਾ। ਜੇ ਅੰਤਰਯਾਮੀ ਹੈ ਤਾਂ ਉਹਨੂੰ ਇਹ ਵੈਦਗਿਰੀ ਦਾ ਕੰਮ ਕਰਨ ਦੀ ਲੋੜ ਨਹੀਂ ਹੈਗੀ, ਠੀਕ ਹੈ ਨਾ। ਅਤੇ ਉਹ ਬੇਸਿਕਲੀ ਕੀ ਹੈ ਵੀ ਜਿਹੜਾ ਬੰਦਾ ਤੁਹਾਡੇ ਟੈਸਟ ਦੀ ਰਿਪੋਰਟ ਦੇਖੇ ਬਿਨਾਂ ਤੁਹਾਨੂੰ ਕੋਈ ਵੀ ਦਵਾਈ ਦਏਗਾ ਨਾ, ਇਟ ਮੀਨਸ ਵੀ ਉਹ ਤੁਹਾਡੇ ਨਾਲ ਬਲੱਫ ਮਾਰਦਾ ਪਿਆ, ਉਹ ਤੁਹਾਨੂੰ ਠੱਗਣ ਦੀ ਕੋਸ਼ਿਸ਼ ਕਰਦਾ ਪਿਆ। ਸੋ ਇੱਦਾਂ ਦੇ ਅਖੌਤੀ ਵੈਦਾਂ ਤੋਂ ਤੁਸੀਂ ਬਚੋ, ਅਤੇ ਕਿਸੇ ਵੀ ਡਾਕਟਰ ਕੋਲ ਜਾਂਦੇ ਹੋ ਤੁਹਾਡੇ ਕੋਲ ਰਾਈਟ ਹੈਗਾ ਉਹਨੂੰ ਕੁਐਸਚਨ ਕਰਨ ਦਾ ਵੀ ਡਾਕਟਰ ਸਾਹਿਬ ਮੇਰੀਆਂ ਰਿਪੋਰਟਾਂ ਦੇਖ ਕੇ ਤੁਹਾਨੂੰ ਕੀ ਗੱਲ ਸਮਝ ਆਈ ਜਾਂ ਮੇਰੇ ਰੋਗ ਦੀ ਸਟੇਜ ਕੀ ਹੈ। ਹੁਣ ਆਪਾਂ ਅੱਜ ਦੀ ਗੱਲ 'ਤੇ ਆ ਜਾਂਦੇ ਹਾਂ, ਅੱਜ ਵਾਲੇ ਇੱਥੇ ਆ ਜਾਂਦੇ ਹਾਂ ਵੀ ਅੱਜ ਵਾਲਾ ਜਿਹੜਾ ਫਾਰਮੂਲਾ ਉਹ ਕਿੰਨਾ ਲੋਕਾਂ ਨੂੰ ਅਸਰ ਕਰੇਗਾ, ਕਿੰਨਾ ਨੂੰ ਨਹੀਂ ਕਰੇਗਾ। ਸਭ ਤੋਂ ਪਹਿਲਾਂ ਉਹਨਾਂ ਲੋਕਾਂ ਨੂੰ ਅਸਰ ਕਰੇਗਾ ਵੀ ਜਿਨ੍ਹਾਂ ਦੀ ਜਿਹੜੀ ਰੋਗ ਦੀ ਸਟੇਜ ਉਹ ਫਸਟ ਏ ਜਾਂ ਸੈਕਿੰਡ ਏ। ਜਿਹੜੇ ਥਰਡ ਸਟੇਜ ਵਾਲੇ ਹੁੰਦੇ ਨੇ ਜਾਂ ਫੋਰਥ ਸਟੇਜ ਵਾਲੇ ਹੁੰਦੇ ਨੇ, ਮੰਨ ਲਓ ਕਿਸੇ ਨੂੰ ਧਾਂਤ ਪੈਂਦੀ ਪਈ ਬਹੁਤ ਜ਼ਿਆਦਾ, ਹੁਣ ਧਾਂਤ ਵਾਲੇ ਪੇਸ਼ੈਂਟ ਨੂੰ ਇਸ ਚੀਜ਼ ਦਾ ਨਹੀਂ ਫਾਇਦਾ ਹੈਗਾ, ਜਾਂ ਜਿਨ੍ਹਾਂ ਨੂੰ ਡਾਇਬਟੀਜ਼ ਦਾ ਲੈਵਲ ਬਹੁਤ ਜ਼ਿਆਦਾ ਵਧਿਆ ਹੋਇਆ, ਜਿਨ੍ਹਾਂ ਦੀ ਸ਼ੂਗਰ ਬਹੁਤ ਜ਼ਿਆਦਾ ਵਧੀ ਹੋਈ ਹੈ, ਉਹਨਾਂ ਨੂੰ ਇਹ ਚੀਜ਼ ਦਾ ਨਹੀਂ ਫਾਇਦਾ ਹੋਣਾ। ਸੋ ਹਰ ਇੱਕ ਚੀਜ਼ ਦੇ ਅਕੋਰਡਿੰਗ ਟੂ ਏਜ ਅਕੋਰਡਿੰਗ ਟੂ ਪ੍ਰੋਬਲਮ ਇਹਦਾ ਜਿਹੜਾ ਬੈਨੀਫਿਟ ਹੁੰਦੇ ਨੇ। ਆਪਾਂ ਇਹ ਚੀਜ਼ ਦਾ ਬਿਲਕੁਲ ਕਲੇਮ ਨਹੀਂ ਕਰ ਰਹੇ ਇੱਥੇ ਬੈਠੇ ਵੀ ਹਰ ਇੱਕ ਬੰਦੇ ਨੂੰ ਫਾਇਦਾ ਹੋ ਜਾਏਗਾ, ਠੀਕ ਹੈ। ਪਰ ਤੁਸੀਂ ਤਾਂ ਕਹਿ ਰਹੇ ਸੀ ਜਿਹਨਾਂ ਨੂੰ ਪੇਟ ਦੀ ਪ੍ਰੋਬਲਮ ਹੈਗੀ ਹੈ, ਪੇਟ ਦੀ ਸਮੱਸਿਆ ਹੈਗੀ ਹੈ, ਉਹਨਾਂ ਵਾਸਤੇ ਵੀ ਇਹ ਜਿਹੜਾ ਤੋਪੇ ਤੋੜ ਫਲ ਹੈਗਾ ਤੁਹਾਡਾ, ਪਾਣੀ ਫਲ ਹੈਗਾ, ਸੰਘਾੜਾ ਹੈਗਾ ਜਿਹੜਾ ਤੁਸੀਂ ਦਿਖਾਇਆ ਸਾਨੂੰ, ਵੀ ਉਹ ਬਹੁਤ ਬਿਹਤਰੀਨ ਚੀਜ਼ ਹੈਗੀ ਹੈ ਇੱਕ ਚਮਚਾ ਇਹਦਾ। ਦੇਖੋ ਜੀ ਜਿਨ੍ਹਾਂ ਦੀ ਪੇਟ ਦੀ ਸਮੱਸਿਆ ਚੱਲਦੀ ਪਈ ਹੈ ਉਹਨਾਂ ਲਈ ਇਹ ਚੀਜ਼ ਵਾਕਈ ਬਹੁਤ ਵਧੀਆ ਹੈਗੀ ਹੈ, ਕਿਉਂਕਿ ਇਹਦੇ ਅੰਦਰ ਬਹੁਤ ਹਾਈ ਕੁਆਂਟਿਟੀ ਦੇ ਵਿੱਚ ਫਾਈਬਰ ਪਾਇਆ ਜਾਂਦਾ। ਜਿਹੜਾ ਫਾਈਬਰ ਹੈ ਉਹ ਆਪਣੀ ਗੱਟ ਹੈਲਥ ਲਈ ਬਹੁਤ ਵਧੀਆ, ਜਿਨ੍ਹਾਂ ਨੂੰ ਕਬਜ਼ ਦੀ ਦਿੱਕਤ ਰਹਿੰਦੀ ਹੈ ਜਾਂ ਪੇਟ ਨਹੀਂ ਸਾਫ਼ ਹੁੰਦਾ ਪ੍ਰੋਪਰਲੀ ਜਾਂ ਆਪਾਂ ਜਦੋਂ ਯੂਰੀਨੇਟ ਕਰਦੇ ਹਾਂ ਤਾਂ ਉਦੋਂ ਪਿਸ਼ਾਬ ਲੱਗ ਕੇ ਆਉਂਦਾ, ਉਹਨਾਂ ਲੋਕਾਂ ਲਈ ਇਹ ਚੀਜ਼ ਬਹੁਤ ਫਾਇਦੇਮੰਦ ਹੈ। ਉਹ ਚੀਜ਼ ਉੱਦਾਂ ਦੂਜੇ ਪਰਪਜ਼ ਲਈ ਵੀ ਯੂਜ਼ ਕਰ ਸਕਦੇ ਨੇ। ਸੋ ਇਹਦੇ ਹੋਰ ਵੀ ਬਹੁਤ ਸਾਰੇ ਫਾਇਦੇ ਹਨ, ਜਿੱਦਾਂ ਹਾਈ ਬੀ ਪੀ ਵਾਲਾ ਜਿਹੜਾ ਪੇਸ਼ੈਂਟ ਹੈ ਉਹ ਵੀ ਇਹਨੂੰ ਇਸਤੇਮਾਲ ਕਰ ਸਕਦਾ। ਬਹੁਤ ਬਹੁਤ ਸ਼ੁਕਰੀਆ ਜੀ ਵੈਦ ਜੀ ਸਾਰੀ ਗੱਲਬਾਤ ਦੇ ਲਈ। ਸੋ ਤੁਹਾਨੂੰ ਦਿਖਾਇਆ ਕਿ ਕਿਸ ਤਰੀਕੇ ਨਾਲ ਤੋਪੇ ਤੋੜ ਫਲ ਕਹਿ ਲਈਏ, ਪਾਣੀ ਫਲ ਕਹਿ ਲਈਏ, ਅਤੇ ਇਹ ਸੰਘਾੜਾ ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਕਹਿ ਦਿੰਦੇ, ਆਮ ਕਰਕੇ ਸਰਦੀਆਂ ਦਾ ਫਲ ਹੈਗਾ ਜਿਹੜਾ ਰੇਹੜੀਆਂ ਦੇ ਉੱਤੇ ਆਮ ਦੁਕਾਨਾਂ ਦੇ ਉੱਤੇ ਸਾਨੂੰ ਮਿਲ ਜਾਂਦਾ, ਅਤੇ ਅੱਜ ਯੂਜ਼ ਕਰਨ ਦਾ ਤਰੀਕਾ ਬੜਾ ਬਿਹਤਰੀਨ ਦੱਸਿਆ ਵੈਦ ਜੀ ਨੇ, ਗੋਰਿਆਂ ਦੇ ਵੈਦ ਵੈਦ ਹਰਸ਼ਵੀਰ ਜੀ ਨੇ। ਉਹਨਾਂ ਦਾ ਕਹਿਣਾ ਕਿ ਜੇਕਰ ਅਸੀਂ ਦੁੱਧ ਦੇ ਵਿੱਚ ਇੱਕ ਚਮਚਾ ਇਹਨੂੰ ਲੈ ਲਈਏ, ਉਸ ਤੋਂ ਬਾਅਦ ਇਹਨੂੰ ਥੋੜ੍ਹਾ ਉਬਾਲ ਲਈਏ, ਉਬਾਲ ਕੇ ਇੱਕ ਹਿੱਸਾ ਇਹਦਾ ਜਲਾ ਦਈਏ, ਯਾਨੀ ਕਿ 100 ਚੋਂ 75% ਅਸੀਂ ਜਦੋਂ ਦੁੱਧ ਰਹਿ ਜੇ 25% ਹਿੱਸਾ ਇਹਦਾ ਜਲ ਜੇ, ਤਾਂ ਉਸ ਤੋਂ ਬਾਅਦ ਇਸ ਨੂੰ ਗੁੜ ਨਾਲ ਸ਼ਹਿਦ ਪਾ ਕੇ ਆਪਣੇ ਜਿਹੜਾ ਸਵਾਦ ਮੁਤਾਬਕ ਜੇਕਰ ਲਈਏ ਤਾਂ 72 ਘੰਟਿਆਂ ਦੇ ਵਿੱਚ ਜਿਹੜਾ ਇਹਦਾ ਨਤੀਜਾ ਹੈਗਾ, ਇਹਦਾ ਰਿਜ਼ਲਟ ਹੈਗਾ ਜਿਹੜਾ ਉਹ ਤੁਹਾਨੂੰ ਮਿਲ ਸਕਦਾ। ਫਿਰ ਵੀ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ, ਕੋਈ ਸ਼ੰਕਾ ਪੈਦਾ ਹੁੰਦਾ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਛੱਡ ਦਿਓ। ਵੈਦ ਜੀ ਕੋਸ਼ਿਸ਼ ਕਰਦੇ ਹੈ, ਇਹਨਾਂ ਦੀ ਟੀਮ ਕੋਸ਼ਿਸ਼ ਕਰਦੀ ਹੈ ਕਿ ਹਰੇਕ ਜਿਹੜਾ ਕਮੈਂਟ ਦਾ ਜਵਾਬ ਹੈਗਾ ਉਹ ਜ਼ਰੂਰ ਦਿੱਤਾ ਜਾਵੇ। ਪਰ ਫਿਰ ਵੀ ਜਾਂਦੇ ਜਾਂਦੇ ਮੈਂ ਤੁਹਾਨੂੰ ਇੱਕੋ ਹੀ ਸਲਾਹ, ਇਹੋ ਮਸ਼ਵਰਾ ਦਿੰਦਾ ਕਿ ਕੋਈ ਵੀ ਨੁਸਖਾ, ਕੋਈ ਵੀ ਫਾਰਮੂਲਾ, ਕੋਈ ਵੀ ਟੋਟਕਾ ਵਰਤਣ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਦੀ ਜਿਹੜੀ ਸਲਾਹ ਉਹ ਜ਼ਰੂਰੀ ਹੈ, ਕਿਉਂਕਿ ਤੁਹਾਨੂੰ ਨਹੀਂ ਪਤਾ ਕਿ ਜਿਹੜਾ ਫਲ ਹੈਗਾ ਤੋਪੇ ਤੋੜ ਫਲ ਜਿਹਨੂੰ ਵੈਦ ਜੀ ਕਹਿੰਦੇ ਨੇ ਜਾਂ ਪਾਣੀ ਫਲ ਕਹਿੰਦੇ ਨੇ, ਸੰਘਾੜਾ ਕਹਿੰਦੇ ਨੇ,
ਉਹ ਤੁਹਾਨੂੰ ਫਾਇਦੇ ਦੀ ਥਾਂ 'ਤੇ ਨੁਕਸਾਨ ਵੀ ਜਿਹੜਾ ਉਹ ਕਰ ਸਕਦਾ ਹੈ। ਧੰਨਵਾਦ।